खुला साडा ही नहीं, जगह जगह पे जाके देखो, जलंधर भी खुला, बरनाला भी खुला, शाहपुर भी खुला, नू फिरदा मूवमेंट भी इतनी आ जाता है, लुधियाने भी यही कुछ हो रहा है। बंद करने को तैयार हाँ, असं पिछले साल भी किया, 58 दिन दुकाना बंद की सरकार से, एक हुकूमत अज भी असं तैयार हैं, पर धक्के ना लें, जो बंद होएगा तो संतुलन बंद होएगा, टेंशन संतुलन सानू उन्होंने कोई इतराज नहीं। सब्जी मंडी देखो किस तरह से मेरा भी उसे कोरोना नहीं हो रही है, सब्जी मंडी है डबल रेट पर मिल रही है, ये दुकानदार की जरूरत 75% उसी बाजार बना था, फिर उन्हें कपड़ा मियारी के बूटा आ रहे हैं, ज्वेलर की उन्होंने सरकार का बना दिया, नहीं मानूंगी मैं फिर उतना खड़ा करियाना एसोसिएशन की कर रही ਅਸੀਂ ਸਾਰੇ ਵਪਾਰੀ ਭਾਰ ਹੈ ਭਰਾਵਾਂ ਦੇ ਨਾਲ ਖੜੇ, ਅਸੀਂ ਬੈਠਾਂਗੇ ਜਲੀ ਦੇ ਆਵੇ ਕਿਉਂ ਨਹੀਂ ਬੈਠਾਂਗੇ ਅਸੀਂ। ਜਰ ਕਰੋਨਾ ਹੈ ਨਹੀਂ, ਸੜਕੋਂ ਬਾਹਰ ਕਰੋਨਾ ਹੈਗਾ, ਪਰ ਜ਼ਰੂਰੀ ਦੁਕਾਨਾਂ ਵਿੱਚ ਸਾਡੀਆਂ ਆਈਟਮਾਂ ਵਿੱਚ ਸਾਡੀਆਂ ਦੁਕਾਨਾਂ ਪਾਈਆਂ ਹੋਈਆਂ ਵਾ, ਸ਼ਰਾਬ ਦੇ ਠੇਕੇ ਉਹਨਾਂ ਨੇ ਜ਼ਰੂਰੀ ਦੁਕਾਨਾਂ ਵਿੱਚ ਪਾ ਕੇ ਸ਼ਰਾਬ ਦੇ ਠੇਕੇ ਵੀ ਖੋਲ੍ਹ ਦਿੱਤੇ। ਸ਼ਹਿਰ ਸਾਡਾ 75% ਖੁੱਲ੍ਹਾ, ਸਾਡਾ ਹੀ ਨਹੀਂ, ਜਗ੍ਹਾ ਜਗ੍ਹਾ 'ਤੇ ਜਾ ਕੇ ਦੇਖੋ, ਜਲੰਧਰ ਵੀ ਖੁੱਲ੍ਹਾ, ਬਰਨਾਲਾ ਵੀ ਖੁੱਲ੍ਹਾ, ਸ਼ਾਹਪੁਰ ਵੀ ਖੁੱਲ੍ਹਾ ਨੂੰ ਫਿਰਦਾ, ਮੂਵਮੈਂਟ ਵੀ ਇੱਥੇ ਆ ਜਾਂਦਾ, ਲੁਧਿਆਣੇ 'ਚ ਵੀ ਇਹੀ ਕੁਛ ਹੋ ਰਿਹਾ, ਜੇ ਸਰਕਾਰ ਚਾਹੁੰਦੀ ਹੈ ਰੂਲਸ ਨੂੰ ਫੋਲੋ ਕੀਤਾ ਜਾਏ, ਅਸੀਂ ਤਿਆਰ ਹਾਂ ਰੂਲਸ ਨੂੰ ਫੋਲੋ ਕਰਨ ਦੇ ਲਈ, ਅੱਗੇ ਵੀ ਕਰਨਾ, ਬੰਦੇ ਦੁਨੀਆਂ ਦੇ ਨਹੀਂ ਮੰਨਦੇ, ਨਹੀਂ ਮੰਨਦੇ, ਸਾਡੀ ਮੰਗ ਇੱਕੋ ਹੀ ਹੈ, ਜਾਂ ਤਾਂ ਸੰਮੇਲਨ ਬੰਦ ਹੋਵੇ ਜਾਂ ਇਹਨੂੰ ਕੰਟਰੋਲ ਕੀਤਾ ਜਾਏ, ਆ ਦੇਖੋ ਸਰਕਾਰ ਹੈ ਟ੍ਰੈਫਿਕ ਕਿੱਥੋਂ ਆ ਰਿਹਾ, ਤੁਸੀਂ ਬਣਾਓ ਬਣਾਓ ਵਾਲੇ ਟ੍ਰੈਫਿਕ ਬਣਾਓ, ਕਿੱਥੋਂ ਆ ਰਹੇ, ਕਿੱਥੋਂ ਜਾ ਰਹੇ ਲੋਕ, ਸਰਕਾਰ ਕਹਿ ਰਹੀ ਹੈ ਜੀ ਇੱਕ ਬੰਦਾ ਹੋਣਾ ਚਾਹੀਦਾ ਜੀ ਬਾਈਕਾਂ ਦੇ ਉੱਪਰ, ਤਿੰਨ ਤਿੰਨ ਲੋਕ ਬੈਠ ਕੇ ਜਾਂਦੇ, ਦੋ ਦੋ ਲੋਕ ਬੈਠ ਕੇ ਜਾਂਦੇ ਆ, ਸਰਕਾਰ ਵੀ ਆਉਂਦਾ ਇੱਧਰ ਨੂੰ, ਕਾਨੂੰਨ ਨੂੰ ਕੋਈ ਫੋਲੋ ਹੀ ਨਹੀਂ ਕਰ ਰਿਹਾ, ਇਹ ਸਾਰਾ ਕਾਨੂੰਨ ਦੁਕਾਨਦਾਰਾਂ ਲਈ ਲਗਾ ਹੈ, ਜਿਹੜੀਆਂ ਦੁਕਾਨਦਾਰਾਂ ਅੱਜ ਬੰਦ ਕਰਾ ਦਿਓ ਜੀ ਬੰਦ ਕਰਾ ਦਿਓ, ਕੋਈ ਲੌਜਿਕ ਨਹੀਂ ਹੈ, ਬੰਦ ਕਰਨ ਨੂੰ ਅਸੀਂ ਤਿਆਰ ਹਾਂ, ਅਸੀਂ ਪਿਛਲੇ ਸਾਲ ਵੀ ਕੀਤਾ ਸੀ, 58 ਦਿਨ ਦੁਕਾਨਾਂ ਬੰਦ ਕੀਤੀਆਂ ਸਰਕਾਰ ਦੇ, ਇੱਕ ਹੁਕਮ ਅੱਜ ਵੀ ਅਸੀਂ ਤਿਆਰ ਹਾਂ, ਪਰ ਧੱਕੇ ਨਾ ਲੈ, ਜੇ ਬੰਦ ਹੋਏਗਾ ਤਾਂ ਸੰਤੁਲਨ ਬੰਦ ਹੋਏਗਾ, ਟੈਂਸ਼ਨ ਸੰਤੁਲਨ ਸਾਨੂੰ ਉਹਨਾਂ ਦਾ ਕੋਈ ਇਤਰਾਜ਼ ਨਹੀਂ ਹੈ, ਜੇ ਸਰਕਾਰ ਨੇ ਇੱਥੇ ਬੰਦ ਕਰਨਾ ਅਸੀਂ ਅੱਜ ਚੌਂਕ ਦੇ ਵਿੱਚ ਇੱਥੇ ਜ਼ਮੀਨ 'ਚ ਆ ਕੇ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਇੱਥੇ ਬੈਠਾਂਗੇ, ਟਿੱਕੇ ਮਾਰ ਇੱਥੇ ਬੈਠਾਂਗੇ। ਹੋਰ ਸੁਣੋ, ਸਰਕਾਰ ਨੂੰ ਕਿਹਾ ਗਿਆ ਕਿ ਸ਼ਰਾਬ ਭੁਲਾਈ ਰਹਿ ਕੇ ਅਸੀਂ ਪੀਣੀ ਆ, ਇਹ ਕੋਈ ਲੌਜਿਕ ਥੋੜ੍ਹੀ ਹੈ, ਸਰਕਾਰ ਉਹਨਾਂ ਦੀ ਗੱਲ ਦੀ ਮੰਨ ਗਈ, ਸਰਕਾਰ ਨੂੰ ਠੇਕੇ ਖੁਲਾ ਦਿੱਤੇ, ਅਸੀਂ ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ ਹੈ, ਬੰਦ ਹੋਊਗਾ ਸੰਪੂਰਨ ਬੰਦ ਹੋਊਗਾ, ਖੁੱਲ੍ਹੇਗਾ ਸੰਪੂਰਨ ਖੁੱਲ੍ਹੇਗਾ, ਅਸੀਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਨੂੰ ਤਿਆਰ ਕਰੇ। ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਨਾਲ, ਬਾਜ਼ਾਰ ਅਸੀਂ ਇਹਨਾਂ ਦੁਕਾਨਦਾਰਾਂ ਦੇ ਨਾਲ ਬਿਲਕੁਲ ਨਾਲ ਆ, ਬਿਲਕੁਲ ਇਹਨਾਂ ਦੀ ਗੱਲ ਵਾਜਿਬ ਹੈ, ਜੇ ਖੁੱਲ੍ਹੇਗਾ ਤਾਂ ਸਾਰਾ ਸੰਪੂਰਨ ਖੁੱਲੂਗਾ, ਨਹੀਂ ਖੁੱਲੂਗਾ ਤਾਂ ਪੂਰਨ ਬੰਦ ਹੋਊਗਾ, ਦੁਕਾਨਦਾਰਾਂ ਨੂੰ ਇੱਕ ਟਾਈਮਿੰਗ ਦਿੱਤੀ ਜਾਵੇ ਜਿਸ ਦੇ ਦਾਇਰੇ ਵਿੱਚ ਰਹਿ ਕੇ ਸਾਰਾ ਕੰਮ ਕੀਤਾ ਜਾਵੇ। ਹੁਣ ਸਬਜ਼ੀ ਮੰਡੀ ਦੇਖੋ ਕਿਸ ਤਰ੍ਹਾਂ ਉੱਥੇ ਮੇਰਾ ਵੀ ਉੱਥੇ ਕਰੋਨਾ ਨਹੀਂ ਹੋ ਰਿਹਾ, ਸਬਜ਼ੀ ਮੰਡੀ ਵਾਲਾ ਡਬਲ ਰੇਟ ਪਰ ਮਿਲ ਰਿਹਾ, ਕੀ ਹੈ ਦੁਕਾਨਦਾਰਾਂ ਦਾ ਕੀ ਕਸੂਰ ਆ, 75% ਉਸੀ ਬਾਜ਼ਾਰ ਬਣਾ ਦਿੱਤਾ, ਫਿਰ ਉਹਨੇ ਕੱਪੜਾ ਮਿਆਰੀ ਦੇ ਬੂਟਾ ਆ ਰਹੇ ਤੇ ਜਿਊਲਰ ਕੀ ਇਹਨਾਂ ਨੇ ਸਰਕਾਰ ਦਾ ਬਣਾ ਕੀਤਾ, ਜੇ ਇੱਦਾਂ ਦੀ ਗੱਲ ਹੈ ਸਰਕਾਰ ਨਾਲ ਚੱਲਦਾ ਪ੍ਰੋਪਰ ਖੁੱਲ੍ਹਾ ਹੋਵੇ, ਟਾਈਮਿੰਗ ਦੇ ਥੋੜ੍ਹੀ ਟਾਈਮਿੰਗ ਸ਼ਾਰਟ ਟਾਈਮਿੰਗ ਦੇ ਦੇ ਸਾਰਿਆਂ, ਅਸੀਂ ਸਭ ਇਹਨਾਂ ਦੇ ਨਾਲ ਸਰ, ਜੇ ਮੰਗ ਨਹੀਂ ਮੰਨੂਗੀ ਮੈਂ ਫਿਰ ਉੱਥੇ ਖੜਾ ਕਰਿਆਨਾ ਐਸੋਸੀਏਸ਼ਨ ਕੀ ਕਰ, ਅਸੀਂ ਸਾਰੇ ਵਪਾਰੀ ਭਾਰ ਹੈ ਭਰਾਵਾਂ ਦੇ ਨਾਲ ਖੜੇ, ਅਸੀਂ ਬੈਠਾਂਗੇ ਜਲੀ ਦੇ ਆਵੇ ਕਿਉਂ ਨਹੀਂ ਬੈਠਾਂਗੇ, ਅਸੀਂ ਇਹਨਾਂ ਦਾ ਕਿਹੜਾ ਬੈਠਣ ਦੇ ਨਾਮ ਸਾਹਿਬ, ਇਹਨਾਂ ਦਾ ਵੀ ਕੱਪੜੇਦਾਰ ਕੰਮ ਆ, ਬਹੁਤ ਸਾਰੇ ਵਰਕਰ ਨੇ ਇਹਨਾਂ ਦੇ, ਦੋਵਾਂ ਦਾ ਵੀ ਰੋਟੀ ਰੋਜ਼ੀ ਦਾ ਸਵਾਲ ਆ, ਸਾਰੇ ਰਾਸ਼ਟਰ ਇਹੀ ਬੇਨਤੀ ਕਰਦੇ ਹਾਂ
कि जे सरकार सोचती है भी कोरोना जोड़ा वा हटना चाहिए चीन तोड़नी चाहिए इन्हों संपूर्ण बंद करना चाहिए सारे अदारे जोड़े आ बंद करना चाहे 15 दिन की आए 8 दिन बंद कर दें एक बार सारे बंद कर दें ताकि छुट सके ये कोई तरीका नहीं है कोई 70% दुकाना जी खोल दी जा बाकी दुकाना बंद कर दी जाए ये कोरोना हटने वाला नहीं है असी इस करके सरकार को यही मांग करते हैं या तो सब चीज़ें बंद कर दो या सारा खोल दो बेनती कर चुका कि एक्चुअल जोड़ा ये प्रॉपर तरीका सरकार ने अडॉप्ट किया वो तो सिंपल गल नहीं पता असेंशियल सर्विस जो देनी है जो तुम उन्होंने किया खोल लो उन्हें कोई टाइम बचत करो असेंशियल सर्विस लैनी है जो जरूरतमंद जो चीज़ा वा उन्हें कोई टाइम होंगे एक दो तीन घंटे ला लो तो खोलना नहीं असेंशियल सर्विस सर की होंगी मत सा ये कि चाह तो संपूर्ण इन बंद किया जाए नहीं तो प्रॉपर टाइमिंग हो गए सभी एक ही जो किसी ने दुकानदारी खिलानी है जो किसी ने खदारे खिलाने हैं सवेरे 8 तो 11 दिन 8 से 12 दिन उस तो बाद संपूर्ण बंद हो कोरोना की चेन तो सब फिर मैं उस गलते आवाना जो डिमांड नहीं मानी जाती फिर कितने साड़ी भाईचारा जो फैसला करो अभी सारा फैसला बाईपास नूरमल रोड महतपुर बाईपास जिते दुकानदारा का रोशिया मेरे पिछे तुम देख रहे हो कि इन्हों का कहना कुछ दुकाना जीडिया ज़्यादातर दुकाना खुलियां है जिद चाहे हलवाई दुकाना हो मीट दुकाना हो हार्डवेयर दुकाना होर खाद दुकाना हो सारिया दुकाना खुलियां आ कसूर इन्हों का भी कोई नहीं इन्हों भी बाल बच्चे आना भी लेबर काम करती आ मुरदाबाद के नारे ला रहे हैं गलबात करा इतों जी हाँ जी नमस्कार नमस्कार जी की ना सर जी बॉबी मिश्रा जी हिंदुस्तान मारवे नूरमल रोड नकोदर की कहना चाहते जी टिंगरा साहब सब तो पहले तो मैं तुहाडा ते समीर जी का बहुत धन्यवादी हाँ कि जिन्होंने साड़ी आवाज़ प्रशासन तक पहुँचाने की उपराला किया है मैनू तो यह नहीं समझ आता भी सरकार की गाइडलाइन हैगी आ भी सड़कों पार खाद दिया दुकाना या होर जिहड़ियां भी दुकाना वो खुलियां वा साड़ियां दुकाना बंद वा इहदा मतलब यह होया भी उधर करोना है नहीं सड़कों पार करोना हैगा ये गाइडलाइन साड़ी समझो बाहर है सरकार की गैर जरूरी दुकाना विच साड़ियां आइटमां विच साड़ियां दुकाना पाईयां होईयां वा शराब के ठेके उन्होंने जरूरी दुकाना विच पा के शराब के ठेके भी खोल दिते ते की साड़ियां दुकाना जिहड़ियां गैर जरूरी आइटमां विच पाईयां होईयां की साडे परिवार है नहीं की असी अपने परिवार नहीं पाले की सानू ढिड नहीं लगा होया असी भी टैक्स दिंदे आ मार्बल का काम है जी किन्ने वर्कर आ सर साडे 2 वर्कर आ जी भुखे मरण रहे सारे कोई सरकार वालों तो सानू कोई एड है ही नहीं करते साडी प्रशासन अगे मंग आ भी साडिया भी सानू चाहे टाइम दिता जाए भी सवेरे 8 से 2 8 से 12 साडिया घट्टो घट्ट दुकाना तो खोलीए मेरा नाम रॉबिन गुप्ता जी तो मेरा भी मार्बल का काम है वा शंकर रोड पर तो सानू भी टाइम दिता जाए थोड़ा जहा प्रशासन वालों भी असी टाइम टू टाइम अपना नाले साडे किहड़ा कोई रश पैंदा जी दुकानों के उपर साडे गाहक आंदा असी उहनूं अटेंड करके बाहर कढ दिंदे आ जिहड़ा रश पैंदा उह तां पैंदा ठेकियां दे उपर साडे तां रश ही नहीं पैंदा एक गाहक आया उहनूं दित्ता माल तो बाहर कढ दित्ता जी इस करके साडी प्रशासन नूं मंग है जी साडे नाल भी मतलब कोऑपरेट किया जाए थोड़ा जहा इन सारे दुकानदारों का वीर का कहना होर वीर मौजूद सत श्री अकाल जी रवि कुमार जी की मंग है जी मंग ये जी साड़ी भी साड़ियाँ भी दुकाना खुलन सारिया दुकाना खुलिया हुई हैं देखो जी पिछे सारिया दुकाना देखो खुले हुई हैं जी साड़ी यही मंग खुले हुए लागे जी लागे हाथे भी खुले है जी साड़िया दुकाना कदों बंद कीतियां साड़े न्याणे न्याणे अं पलने अपने जी जो दुकाना खुलेंगे पलेंगे जी ये मैं उम्मीद है मैं मार्बल का काम करता जी बंद है दुकाना कितों जाइए कितों खाइए ठीक है जी कमरे किराया भी चली जाते हैं ठीक है प्रशासन जो भी हाल निकलना जरूर करवा थैंक यू सर।